ਸਿਆਣੇ ਕਹਿੰਦੇ ਨੇ ਜੀ, ਬੰਦਾ ਅਮੀਰ ਹੋਊ ਆਪਣੇ ਘਰ ਹੋਊ, ਜੇ ਨੇਕ ਨਹੀਂ ਇਨਸਾਨ ਨਹੀਂ, ਉਹਦੇ ਬੋਲਾਂ 'ਚ ਅਸਰ ਨਹੀਂ ਹੋ ਸਕਦਾ, ਜਿਹੜੇ ਸ਼ਖਸ ਦੀ ਮਿੱਠੀ ਜ਼ੁਬਾਨ ਨਹੀਂ। ਪੁੰਨ ਦਾਨ ਅਤੇ ਸੇਠੀਆ ਬਹੁਤ ਕਰਦੇ, ਖੁਸ਼ੀ ਦੇਣ ਤੋਂ ਵੱਡਾ ਕੋਈ ਦਾਨ ਨਹੀਂ। ਸੋ ਅੱਜ ਮੈਂ ਤੁਹਾਨੂੰ ਜੀ ਐਸੀ ਸ਼ਖਸੀਅਤ ਦੇ ਨਾਲ ਮਿਲਾ ਰਿਹਾ ਜੋ ਕਿ ਹਸਮੁੱਖ ਵੀ ਨੇ ਔਰ ਦਿਲਦਾਰ ਵੀ ਨੇ, ਔਰ ਬੜੇ ਹੀ ਦੁੱਖਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਸਮਾਜ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ। ਔਰ ਇਹਨਾਂ ਨੂੰ ਜੀ ਮੈਂ ਕਰੋਨਾ ਦੇ ਯੋਧਾ ਵੀ ਅਸੀਂ ਕਹਿ ਸਕਦੇ ਹਾਂ, ਸਾਡੇ ਜ਼ੀਰਕਪੁਰ ਦੇ ਨਿਵਾਸੀ ਨੇ ਸਾਡੇ ਮੈਡਮ ਜਤਿੰਦਰ ਕੌਰ ਜੀ। ਬੱਬੂ, ਬੱਬੂ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਦੇਖੋ ਸਾਡਾ ਤੁਹਾਡੇ ਨਾਲ ਘੱਟ ਤੋਂ ਘੱਟ ਕੋਈ 15 ਸਾਲਾਂ ਦਾ ਵਾਹ ਆ, ਔਰ ਮੈਂ ਤੁਹਾਨੂੰ ਅਕਸਰ ਕਿਤੇ ਖੂਨਦਾਨ ਕੈਂਪ ਦੇ ਵਿੱਚ, ਕਿਤੇ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਦੇ ਵਿੱਚ, ਜਾਂ ਅਤਲਾਕ ਦੇ ਮਾਮਲਿਆਂ ਦੇ ਵਿੱਚ ਤੁਸੀਂ ਆਪਣਾ ਕਈ NGOs ਦੇ ਨਾਲ ਜੁੜੇ ਹੋਏ ਹੋ, ਹੈ ਨਾ ਜੀ, ਅਤੇ ਤੁਹਾਨੂੰ ਇਹ ਸਮਾਜ ਸੇਵਾ ਦੇ ਕੰਮਾਂ ਦੀ ਪ੍ਰੇਰਨਾ ਕਿੱਥੋਂ ਮਿਲੀ ਹੈ? ਮੇਰੇ ਸਮਾਜ ਸੇਵਾ ਦੇ ਕੰਮਾਂ ਦੀ ਪ੍ਰੇਰਨਾ ਮੇਰੇ ਖੂਨ 'ਚ ਹੀ ਹੈ। ਮੇਰੇ ਫਾਦਰ ਸਾਹਿਬ ਪਹਿਲਾਂ ਬਹੁਤ ਅੱਛੇ ਸਮਾਜ ਸੇਵੀ ਰਹੇ ਨੇ, ਬੇਸ਼ੱਕ ਉਹ ਦੁਨੀਆ ਦੇ ਵਿੱਚ ਨਹੀਂ ਰਹੇ, ਲੇਕਿਨ ਉਹਨਾਂ ਦਾ ਆਸ਼ੀਰਵਾਦ ਮੇਰੇ ਨਾਲ ਹੈ। ਉਸ ਤੋਂ ਬਾਅਦ ਮੇਰੇ ਗੁਰੂ, ਮੇਰੇ ਹਸਬੈਂਡ, ਮੇਰੀ ਬਦਕਿਸਮਤੀ ਰਹੀ ਹੈ ਕਿ ਉਹ ਵੀ ਅੱਜ ਮੇਰੇ ਨਾਲ ਨਹੀਂ ਹੈ। ਉਹਨਾਂ ਦਾ ਇੱਕ ਸੁਪਨਾ ਸੀਗਾ ਕਿ ਮੈਂ ਸਮਾਜ ਦੀ ਸੇਵਾ ਕਰਾਂ, ਮੈਂ ਉਹਨਾਂ ਦਾ ਇਹ ਸੁਪਨਾ ਪੂਰਾ ਕਰ ਰਹੀ ਹਾਂ। ਮੇਰੇ ਹਸਬੈਂਡ ਦਾ 25 ਮਈ ਨੂੰ ਐਕਸੀਡੈਂਟ ਹੋਇਆ ਸੀ, ਅਤੇ 31 ਅਕਤੂਬਰ 2019 ਨੂੰ ਉਹ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਸੀਗੇ, ਜਿਹਦੇ ਵਿੱਚ ਪੂਰੇ ਜ਼ੀਰਕਪੁਰ ਦੇ ਜਿਹੜੇ ਲੋਕ ਮੇਰੇ ਨਾਲ ਜੁੜੇ ਹਨ, ਉਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ, ਮੇਰੇ ਪਰਿਵਾਰ ਨੇ ਪੂਰਾ ਸਾਥ ਦਿੱਤਾ। ਮੈਂ ਉਸ ਵਾਹਿਗੁਰੂ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇੰਨੇ ਅੱਛੇ ਬੰਦਿਆਂ ਦੇ ਨਾਲ ਜ਼ੀਰਕਪੁਰ ਦੇ ਵਿੱਚ ਇੰਨੀ ਅੱਛੀ। ਇੱਕ ਗੱਲ ਦੱਸੋ, ਤੁਹਾਡੇ ਹਸਬੈਂਡ ਸਾਹਿਬ ਨੂੰ ਕੀ ਹੋਇਆ ਸੀਗਾ? ਮੇਰੇ ਹਸਬੈਂਡ ਦਾ ਜੀ ਐਕਸੀਡੈਂਟ ਹੋਇਆ ਸੀਗਾ ਜੀ। ਹਾਂਜੀ, ਲੁਧਿਆਣੇ, ਹੈ ਨਾ? ਹਾਂਜੀ, ਲੁਧਿਆਣੇ। ਇਹਨਾਂ ਦੇ ਹਸਬੈਂਡ ਸਾਹਿਬ ਦਾ ਜੀ ਲੁਧਿਆਣੇ ਵਿੱਚ ਐਕਸੀਡੈਂਟ ਹੋਇਆ ਸੀਗਾ, ਔਰ ਸਕੂਟਰ ਸਲਿੱਪ ਕਰ ਗਿਆ ਸੀ, ਜਿੱਥੇ ਕਿ ਉਹਨਾਂ ਦਾ ਸਿਰ ਜਾ ਕੇ ਸੜਕ 'ਤੇ ਵੱਜਿਆ ਸੀਗਾ, ਔਰ ਘੱਟ ਤੋਂ ਘੱਟ 5 ਮਹੀਨੇ ਉਹ ਕੋਮਾ 'ਚ ਰਹੇ ਜੀ, ਉੱਥੇ ਹੋਸਪਿਟਲ 5 ਮਹੀਨੇ 6 ਦਿਨ ਕੋਮਾ ਦੇ ਵਿੱਚ ਰਹੇ ਜੀ। ਉਹਨਾਂ ਦੀ ਹੈੱਡ ਇੰਜਰੀ ਹੋਈ ਸੀਗੀ, ਅਤੇ 31 ਅਕਤੂਬਰ ਨੂੰ ਉਹ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਰਾਜੇ ਸਨ, ਲੇਕਿਨ ਅੱਗੇ ਉਹ ਮੈਨੂੰ ਦਿਖਾਈ ਦਿੰਦੇ ਸੀਗੇ, ਲੇਕਿਨ ਅੱਜ ਉਹ ਮੇਰੇ ਦਿਲ ਦੇ ਅੰਦਰ ਹਨ, ਲੇਕਿਨ ਹਮੇਸ਼ਾ ਲੱਗਦਾ ਹੈ ਕਿ ਉਹ ਮੇਰੇ ਨਾਲ ਹਨ। ਚਲੋ ਜੀ, ਪਰਮਾਤਮਾ ਤੁਹਾਨੂੰ ਇਹ ਬਲ ਬਖਸ਼ੇ, ਕਿਉਂਕਿ ਜਿਹੜਾ ਇਸ ਦੁਨੀਆ ਦੇ ਵਿੱਚ ਆਇਆ ਉਹਨੇ ਜਾਣਾ ਜ਼ਰੂਰ ਹੈ, ਕਿਉਂਕਿ ਹਰ ਇੱਕ ਇਨਸਾਨ ਇੱਥੇ ਮੁਸਾਫਿਰ ਵੀ ਹੈ। ਅਤੇ ਤੁਹਾਡੇ ਘਰ ਦੇ ਵਿੱਚ ਹੋਰ ਕੌਣ ਕੌਣ ਹੈ? ਪਹਿਲਾਂ ਤਾਂ ਮੈਂ ਆਪਣੇ ਹਸਬੈਂਡ ਨੂੰ ਸ਼ਰਧਾਂਜਲੀ ਦੇਣਾ ਚਾਹਾਂਗੀ, ਕਿਉਂਕਿ ਜੋ ਦੁਨੀਆ ਦੇ ਵਿੱਚ ਆਉਂਦਾ ਹੈ ਉਹ ਜਾਣ ਵਾਸਤੇ ਆਉਂਦਾ ਹੈ। ਮਰਨ ਲਿਖਾਏ, ਮੰਡਲ ਮੇ ਆਏ, ਪਹਿਲਾਂ ਸਾਡਾ ਮਰਨਾ ਲਿਖਿਆ ਗਿਆ, ਫਿਰ ਅਸੀਂ ਸੰਸਾਰ 'ਤੇ ਆਏ, ਲੇਕਿਨ ਅਸੀਂ ਹੁਣ ਜੀਣ ਨੂੰ ਸੱਚ ਮੰਗਦੇ ਹਾਂ, ਮੰਨਦੇ ਹਾਂ, ਅਤੇ ਮਰਨ ਨੂੰ ਅਸੀਂ ਝੂਠ ਮੰਨਦੇ ਹਾਂ, ਜਦਕਿ ਇਹ ਗਲਤ ਹੈ, ਮਰਨਾ ਸੱਚ ਹੈ ਅਤੇ ਜੀਣਾ ਝੂਠ ਹੈ। ਮੇਰੇ ਕੋਲ 2 ਮੇਰੀਆਂ ਬੇਟੀਆਂ ਨੇ ਜੀ, ਦੋਨੋਂ ਮੈਰਿਡ ਨੇ, ਔਰ ਮੇਰੀ ਬੇਟੀਆਂ ਨੇ ਜਿੰਨੀ ਮੇਰੇ ਹਸਬੈਂਡ ਦੀ ਸੇਵਾ ਕੀਤੀ, ਇੱਕ ਵਾਰ ਵੀ ਮੇਰੇ ਦਿਮਾਗ 'ਚ ਨਹੀਂ ਆਇਆ ਕਿ ਅੱਜ ਅਗਰ ਮੇਰੇ ਬੇਟੇ ਹੁੰਦੇ ਤਾਂ ਉਹ ਇੱਦਾਂ ਕਰਦੇ, ਲੇਕਿਨ ਅੱਜ ਮੈਨੂੰ ਲੱਗਦਾ ਹੈ ਕਿ ਮੇਰੀ ਅਗਰ ਬੇਟੀਆਂ ਨਾ ਹੁੰਦੀਆਂ, ਸ਼ਾਇਦ ਅੱਜ ਮੈਂ ਇੰਨੀ ਸੋਸ਼ਲ ਵਰਕ ਨਾ ਕਰ ਪਾਉਂਦੀ ਅਗਰ ਮੇਰਾ ਬੇਟਾ ਹੁੰਦਾ ਤਾਂ। ਮੇਰੀ ਬੇਟੀਆਂ ਦੀ ਮੈਨੂੰ ਬਹੁਤ ਸਪੋਰਟ ਹੈ, ਉਹ ਹਮੇਸ਼ਾ ਮੇਰੇ ਨਾਲ ਨੇ, ਮੈਨੂੰ ਕਦੀ ਵੀ ਆਪਣੇ ਪਾਪਾ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦੀਆਂ। ਪਹਿਲਾ ਮਾਨ ਮੈਨੂੰ ਮੇਰੇ ਪਾਪਾ 'ਤੇ, ਦੂਸਰਾ ਮਾਨ ਮੈਨੂੰ ਮੇਰੇ ਆਪਣੇ ਹਸਬੈਂਡ 'ਤੇ, ਤੀਸਰਾ ਮਾਨ ਮੈਨੂੰ ਬੱਚਿਆਂ 'ਤੇ, ਅਤੇ ਸਭ ਤੋਂ ਵੱਡਾ ਮਾਨ ਉਸ ਅਕਾਲ ਪੁਰਖ 'ਤੇ, ਇਨਹੀ ਕਿਰਪਾ ਸੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜਪੜੇ। ਅੱਜ ਉਹਦੀ ਕਿਰਪਾ ਦੇ ਨਾਲ ਹੀ ਸੋਨੂੰ ਸੇਠੀ ਜੀ ਤੁਸੀਂ ਮੇਰੇ ਨਾਲ ਬੈਠੇ ਹੋ, ਅਗਰ ਉਹਦੀ ਕਿਰਪਾ ਨਾ ਹੁੰਦੀ ਤਾਂ ਸ਼ਾਇਦ ਅੱਜ ਮੈਂ ਕੁਛ ਨਾ ਬੋਲ ਪਾਉਂਦੀ। ਜਿਉਂ ਬੁਲਾਵੇ ਅਤੇ ਉਹ ਨਾਨਕ ਦਾਸ ਬੋਲੇ, ਜੋ ਬੁਲਾਉਂਦਾ ਅਸੀਂ ਉਹੀ ਬੋਲਦੇ ਹਾਂ। ਤੁਸੀਂ ਬਹੁਤ ਤਕੜੇ ਸਮਾਜ ਸੇਵੀ ਹੋ, ਬਹੁਤ ਸਮਾਜ ਦੀ ਸੇਵਾ ਕਰ ਰਹੇ ਹੋ, ਮੇਰਾ ਆਸ਼ੀਰਵਾਦ ਇੱਕ ਵੱਡੀ ਭੈਣ ਹੋਣ ਦੇ ਨਾਤੇ ਹਮੇਸ਼ਾ ਤੁਹਾਡੇ ਨਾਲ ਹੈ। ਜੋ ਤੁਸੀਂ ਜ਼ੀਰਕਪੁਰ ਦੇ ਵਿੱਚ ਸੇਵਾਵਾਂ ਪ੍ਰੋਵਾਈਡ ਕਰਾ ਰਹੇ ਹੋ, ਮੈਨੂੰ ਨਹੀਂ, ਤੁਸੀਂ ਮੇਰੀਆਂ ਗੱਲਾਂ ਛੱਡੋ, ਮੈਨੂੰ ਤੁਹਾਡੀ ਗੱਲਾਂ ਤੋਂ ਲੱਗ ਰਿਹਾ, ਨਹੀਂ ਜ਼ਰੂਰ ਕਹਿਣਾ ਚਾਹੂੰਗੀ, ਮੈਨੂੰ ਤੁਹਾਡੀ ਗੱਲਾਂ ਤੋਂ ਲੱਗ ਰਿਹਾ ਕਿ ਤੁਸੀਂ ਬਹੁਤ ਹੀ ਧਾਰਮਿਕ ਵਿਚਾਰਾਂ ਵਾਲੇ ਹੋ, ਹੈ ਨਾ, ਅਤੇ ਗੁਰਦੁਆਰੇ ਤੁਸੀਂ ਜਾਂਦੇ ਹੋ? ਵਾਹਿਗੁਰੂ ਦੀ ਬੜੀ ਕਿਰਪਾ ਜੀ, ਗੁਰਦੁਆਰੇ ਮੈਂ ਰੋਜ਼ ਜਾਂਦੀ ਹਾਂ, ਮੈਂ ਨਹੀਂ ਜਾਂਦੀ ਜੀ, ਉਹ ਬੁਲਾਉਂਦਾ ਗੁਰਦੁਆਰੇ ਜਾਈ ਸੋਜੀ ਪਾਈ ਸੀ, ਕਿਉਂਕਿ ਜੇ ਅਸੀਂ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਜਾਵਾਂਗੇ ਤਾਂ ਸਾਨੂੰ ਸੋਜੀ ਵੀ ਆਏਗੀ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੇ ਮਾਹੀ, ਅਗਰ ਅਸੀਂ ਸਾਰੀ ਰਾਤ ਨੂੰ ਸੌਣ ਲੱਗਿਆਂ ਆਪਣੇ ਇਸ ਦਿਲ ਨੂੰ ਟਟੋਲਣ ਲੱਗ ਜਾਈਏ ਤਾਂ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਅਸੀਂ ਗਲਤੀ ਇੱਕ ਸਾਰੇ ਦਿਨ ਦੇ ਵਿੱਚ ਕਰਦੇ ਹਾਂ ਉਹ ਅਸੀਂ ਅਗਲੇ ਦਿਨ ਰਿਪੀਟ ਕਰਾਂਗੇ। ਸੇਠੀ ਸਾਹਿਬ ਬਿਲਕੁਲ, ਉਸ ਵਾਹਿਗੁਰੂ 'ਤੇ ਮੈਨੂੰ ਬਹੁਤ ਵਿਸ਼ਵਾਸ ਹੈ, ਉਹਦੀ ਬਹੁਤ ਕਿਰਪਾ ਹੈ, ਉਹਦੀ ਕਿਰਪਾ ਦੇ ਨਾਲ ਹੀ ਮੈਂ ਅੱਜ ਇੱਥੇ ਬੈਠੀ ਹਾਂ।
बेशक तुसी मैनूं कोरोना योद्धा कहा, मैनूं बहुत अच्छा लग्या, लेकिन इस सेवा करान वाला यह मालिक है, उही मेरे तो सेवा करा रहा। अगर वो कृपा ना होंगी शायद अज मैं इतने ना बैठी होंगी, शायद मैं जीरकपुर के जिहड़ी इन्ने लंबे समय तो सेवा कर रही हाँ वह मैं ना कर पाती। लेकिन कुछ शख्स इदा के भी मेरे नाल जुड़े हैं जिन्हों का मैं ना जबान से तो नहीं लिया सकती, लेकिन अगर वो मेरी वीडियो देखेंगे तो उन्हों का भी मैं तह दिल तो धन्यवाद करती हाँ जिड़े मैनू पुश करते हैं। वैसे मैडम मैं तुम्हें अक्सर मिलता रहना, तुम्हारे चेहरे के उत्ते हमेशा समाइल होंगी है, तुम बहुत ही खुश मिजाज दे हो, और मैं चाहना कि तुहाडे वर्गे लोगों को सियासत के आना चाहिए, और जे कि तुहाडे वर्गे लोग सियासत के आएंगे ना तो आटोमैटिकली ही साडे देश का बहुत भला होएगा, जो कि अपने एक पति का सपना पूरा कर रहे हैं कि सोशल अपना वर्क कर रहे हैं। इस तरह के लोग कदे भी देश के नाल गदारी नहीं कर सकते। तुम ये दसो जे कल कोई MC का कोई अपना तुम कोई चांस मिले तो आना चाहोगे इलेक्शन के? फिलहाल सेठी साहब मेरा कोई ऐसा विचार नहीं है, मेरा सिर्फ यही विचार है कि मैं पब्लिक की सेवा करा, मैं पब्लिक के नाल कोई धोखा नहीं करना चाहती। जे मैं उन्होंने नाल जुड़ी हाँ तो तय दुलो जुड़ी उन्होंने नाल जुड़ी, हाँ अगर पब्लिक का कोई सपना होएगा मेरे प्रति ऐसा तो मैं जरूर पूरा करने की कोशिश करूँगी। फिलहाल मेरा कोई ऐसा सपना नहीं है, मेरा सपना है सिर्फ सेवा करना, क्योंकि गुरु सेवा तो सुख उपजे। जे असी पब्लिक की सेवा करेंगे तो वाहेगुरु मैं सुख ही सुख देगा, मैं वो ज़्यादा विश्वास करती हाँ। अगर वो कृपा होएगी वो चाहेगा तो वो जरूर होएगा। फिलहाल मेरा कोई ऐसा सपना नहीं है। कि राजनीति च कोई मैं छलांग लगावा। अच्छा हुण एक गसा होर दसो, आ देखो साडे नाल फेसबुक दे उत्ते घट तो घट भी 1.5 लाख लोग जुड़े हुए ने, और तुहाडे नाल भी बहुत ने। ये वीडियो मैं अपने पेज ते पानी है तुहाडी, ते इस दे उत्ते मेरे नाल भी घट तो घट जीरकपुर डेराबसी हल्के दे 40,000 लोग जुड़े हुए ने। तुसीं साडे जीरकपुर शहर दे निवासियां नूं डेराबसी शहर दे निवासियां नूं की संदेश देना चाहुंदे हो? मैं जीरकपुर शहर के निवासियों नूं यही संदेश देना चाहनी हाँ कि इस जिहड़ी ये कोरोना की घड़ी है, यह महामारी आई है साडे देश दे उपर, ये इहदे बन ये सानू एक मन तो जोत स्वरूप है, अपना मूल पछाण है। मैनू ये लगता कि परमात्मा ने सानू किते ना किते इसलिए घर बिठाया है कि असी अपने आप नूं पहचानीए असी की हाँ ते असी की कर रहे हैं। मैनू लगता कि इस तो सुनहरा मौका सानू शायद नहीं मिल सकता सी, परमात्मा ने लॉकडाउन लगा के सानू अपने आप नूं टटोलन दी दित्ती है कोशिश, और मैनू मैं यही कहना चाहवांगी कि असी अपने आप नूं देखिए, असी दूसरे नूं देखदे हाँ। सेठी साहब मैनू भी लोग बहुत कमेंट करते हैं कि इन्हां दे हसबैंड नहीं है इदां तुरे फिरदे ने, बहुत लोग कहिंदे ने बहुत कुछ कहते हैं जी, जो तुम लोगों की परवाह नहीं करती, उन्होंने परवाह नहीं करती। मैं बस यही देखती हाँ कि मेरे नाल वाहेगुरु है, गुरु मेरे संग सदा है नाले, जिथे कितने ले मैनू ले छड़ाए, जिथे कोई गलत आएगी वह मैनू आपे रस्ता दिखाएगा, तो वो तो उम्मीद रखती। मैं जीरकपुर निवासियों यही सुनेहा देना चाहनी हाँ कि साढ़े जीरकपुर के जेड़े बहुत ही सेवा कर रहे हैं सोनू सेठी जी, उन्होंने चढ़ती कला की अरदास करन, जेड़े सेवा कर रहे हैं उन्हां दा हौसला वधान, उन्हां दा हौसला ना तोड़न, ते उस परमात्मा दे अगे घर बैठ के ये अरदास करन कि जिहड़ी ये कोरोना महामारी पई है इसनू जल्दी ही दूर करे, क्योंकि ये कुदरत दा ही है, कोई कुदरत ही कोई करिश्मा कर सकती है। असी खत्ते बहुत कमावदे अंत ना पारा वारे, कृपा करके बख्श लै हम पापी वड गुनेगार, क्योंकि असी खत्ते बहुत कमावदे, असी बहुत गलतियां करदे हां, असी घर बह के उस अपनी गलतियां नूं देखिए ते परमात्मा अगे अरदास करिए, वो अरदास जरूर सुनदा है, ते अरदास जदों साडे वल्लों दिलों अरदास कीती गई ये जरूर कबूल। बब्बू जी मैनूं इक गल दसो, देखो तुहानूं सारी दुनिया देख रही है, जो तुहाडे अज कितें पति देव जिंदा हुंदे तां बहुत वो तुहाडे उत्ते प्राउड करदे, और अज तुसीं अपने पति देव दा सुपना पूरा कर रहे हो कि उन्हां दा एक सुपना सीगा कि भी मैं सोशल काम करा, लोगों की सेवा करा, समाज की सेवा करा, और तुसीं उन्हां दा सुपना अपना पूरा कर रहे हो। अज तुहाडे पति देव स्वर्गां च बैठे ने, उन्हां नूं तुसीं की कहना चाहुंदे हो अपनी जुबान दे विच? जों तो प्रेम खेलन का चाहो सिर धर तली गली मेरी आओ, जिसकी वस्त सोई ले जाएगा रोज किसे प्या कीजे, जिसकी वस्त सागे रखे प्रभ की आज्ञा माने माथे। मेरे पति मेरे परमेश्वर सरदार जगमोहन सिंह जी, उन्होंने मैनू दिलों श्रद्धांजलि है,
30 साल उन्होंने मेरे नाल जीवन गुजारिया, लेकिन 30 सालों के जो आप इकट्ठे रहने सेठी साहब, अगर दोस्तों के भी रहने कितने ना कि अपनी होंगी है, पर 30 सालों के उन्होंने मैं बहुत प्यार दिता। अगर मेरी जिंदगी आने वाले 30 साल होर भी हो गए, मैं लगता है कि उन्होंने प्यार ज़्यादा पेगा तो शायद मेरे 30 साल घट पैणगे। उन्होंने मैनू जिंदगी इन्ना प्यार दिता। मैं परमात्मा अगे यही अरदास करती हाँ कि वाहिगुरु उन्होंने अपने चरणों के नवास बख्शे, तो सानू इस असह दुख शह नू शक्ति देवे, तो सानू इस दुख चो कढे, तो मैनू वाहिगुरु आशीर्वाद देवे। वह भी कितने ना कि मैनू देख रहे होणगे, मैनू वह भी ब्लैसिंग देन, तो मैं ताकि उन्होंने सपना पूरा कर सकां। मैं नाल ही अपनी बेटियां गुणप्रिया कौर आहूजा, तो अपनी बेटी बानीप्रीत कौर, मेरी जवाई विकास अंगद सिंह, मैं उन्हों का भी बहुत तह दिल तो धन्यवाद करनी है जिन्होंने मैं इस दुख की घड़ी के मैं संभालने की कोशिश की है। लोगों के तो पुत्र नहीं पुछते सेठी साहब, मैं दिल तो यह गल कह रही हाँ कि मेरे दमाद इन्ने अच्छे हैं ना, उन्होंने एक पुत्र बन के मेरी सी मैनू देखते हैं, मेरी हर चीज़ मैं पुछते हैं, और मेरे हसबेंड की उन्होंने बहुत सेवा की है, पैसे वालों भी, मन वालों भी, तन वालों भी, धन वालों भी। मेरा पूरी फैमिली नू सल्यूट है। तो एंड ते मैं बस यही कहना चाहवांगी, हे वाहेगुरु, संसार तो चलदियां अगर मेरे हसबेंड को कोई गलती हुई है तो उन्होंने माफ़ करी, तो उन्होंने अपने चरणों के निवास बख्शी, उन्होंने आवागमन के चक्कर तो बचा के रखी। सो मैडम दी गल्लां सुन के जी मां आप ही अपने इमोशनल हो गया, और कहते जगमोहन जी सुरगंज बैठ के इन्हों की गल सुन रहे हो, इन गलों तो यही लग रहा कि सत जन्म ये थोड़े नाल ही रहना चाहेंगे और थोड़ी अगली जोड़ी वधिया तरीके बन के आएगी। सो जिन्होंने भी कोई कमेंट करना सोच समझ के कमेंट करो, एवं ना किसी उद्यम को चक दया करो, लोगों का कि गलों में गल कड लेंगे ने सीधे साधे बंदे वल कड लेंगे ने, साड़ी गल रद्दी है तो रद्दी रहन दे, साड़ी जिथे लगी है ते लगी रहे। थैंक यू।